ਆਪਣੇ ਪੰਜਾਬੀ ਨੌਜਵਾਨ ਇੱਕ ਜੰਗਲ ਦੇ ਵਿੱਚ ਫਸੇ ਹੋਏ ਆ ਡੌਂਕੀ ਲਗਾਉਂਦੇ ਸੀ ਆਓ ਮੈਂ ਤੁਹਾਡੀ ਵੀਡੀਓ ਤੇ ਨਜ਼ਰ ਮਰਵਾਵਾਂ ਛੁਡਾ ਲਓ ਯਾਰ ਇੱਥੇ ਫਸੇ ਪਏ ਸਾਰੇ ਤੁਹਾਨੂੰ 11 ਦਿਨ ਹੋ ਗਏ ਇੱਥੇ ਭੁੱਖੇ ਵਾਣੇ ਬੈਠਿਆਂ ਨੂੰ ਜੰਗਲ ਦਾ ਪਾਣੀ ਕਿੰਦਾ ਬੰਦਾ ਪਾਣੀ ਪੀ ਕੇ ਕੱਢਣ ਦੇ ਆ ਜੀ ਤੁਹਾਨੂੰ ਛੁਡਾ ਲਓ ਇੱਥੋਂ ਬਚਾ ਲਓ ਜੋ ਤੁਸੀਂ ਵੀਡੀਓ ਦੇਖੀ ਆ ਇਹ ਆਪਣੇ ਪੰਜਾਬੀ 10 ਨੌਜਵਾਨਾਂ ਦੀ ਆ ਜਿਹੜੇ ਪਿਛਲੇ 14 ਦਿਨਾਂ ਤੋਂ ਪੋਲੈਂਡ ਤੇ ਬੇਲਾਰੂਸ ਦੇ ਜੰਗਲ ਦੇ ਵਿੱਚ ਫਸੇ ਹੋਏ ਨੇ ਨਾ ਤਾਂ ਇਹ ਉਧਰ ਜਾਣ ਯੋਗੇ ਆ ਨਾ ਅੱਗੇ ਜਾਣ ਯੋਗੇ ਆ ਕਿਉਂਕਿ ਇਹ ਯੂਰਪ ਦੀ ਡੋਂਕੀ ਲਗਾ ਰਹੇ ਸੀ ਏਜੰਟ ਨੇ ਇਹਨਾਂ ਨੂੰ ਰਸਤੇ ਵਿੱਚ ਹੀ ਛੱਡ ਕੇ ਉਹ ਚੱਲ ਗਿਆ ਤੇ ਹੁਣ ਇਹਨਾਂ ਕੋਲੇ ਕੋਈ ਵੀ ਰਸਤਾ ਨਹੀਂ ਹੈਗਾ ਜਿਹੜੀ ਇਹ ਮੇਰੇ ਕੋਲ ਵੀਡੀਓ ਆਈ ਆ ਇਨਫੋਰਮੇਸ਼ਨ ਆਈ ਆ ਇਹ ਇੱਕ ਬੰਗਾਲੀ ਮੁੰਡੇ ਵੱਲੋਂ ਤੇ ਇੱਕ ਪਾਕਿਸਤਾਨੀ ਮੁੰਡੇ ਵੱਲੋਂ ਮੇਰੇ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਤੇ ਉਹਨਾਂ ਵੱਲੋਂ ਵੀ ਰੈੱਡ ਕਰਾਸ ਵਾਲਿਆਂ ਨੂੰ ਈਮੇਲਾਂ ਕੀਤੀਆਂ ਗਈਆਂ ਨੇ ਇਸ ਗਰੁੱਪ ਵਾਸਤੇ ਕਿ ਇਹਨਾਂ ਮੁੰਡਿਆਂ ਨੂੰ ਇਸ ਜੰਗਲ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਇਹਨਾਂ ਨੂੰ ਇੰਡੀਆ ਜਿਹੜਾ ਆ ਪਹੁੰਚਾਇਆ ਜਾਵੇ ਇਹਨਾਂ ਦੇ ਘਰਾਂ ਤੱਕ ਤੇ ਉਹਨਾਂ ਨੇ ਮੈਥੋਂ ਇਹ ਹੈਲਪ ਮੰਗੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਵਾਇਆ ਜਾਵੇ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿੱਥੇ ਵੀ ਤੁਹਾਡੇ ਕੋਲ ਜਿੰਨੇ ਵੀ WhatsApp ਦੇ ਗਰੁੱਪ ਹੈਗੇ ਆ ਉੱਥੇ ਸ਼ੇਅਰ ਕਰੋ ਜੇਕਰ ਤੁਹਾਡੀ Facebook ਦੀ ਆਈਡੀ ਹੈਗੀ ਆ ਉੱਥੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹਨਾਂ ਮੁੰਡਿਆਂ ਦੇ ਘਰਦਿਆਂ ਦੀ ਪਛਾਣ ਹੋਵੇ ਇਹਨਾਂ ਦੇ ਘਰ ਦੇ ਪਛਾਣ ਲੈਣ ਆਪਣੇ ਮੁੰਡਿਆਂ ਨੂੰ ਕਿ ਕਿਹੜਾ ਪਿੰਡ ਆ ਇਹਨਾਂ ਦੇ ਮਾਪਿਓ ਦਾ ਕੀ ਨਾਮ ਆ ਕਿਉਂਕਿ ਇਹਨਾਂ ਦੀਆਂ ਡਿਟੇਲਾਂ ਚਾਹੀਦੀਆਂ ਨੇ ਮੁੰਡਿਆਂ ਦੀਆਂ ਜੇਕਰ ਇਹਨਾਂ ਦੀਆਂ ਡਿਟੇਲਾਂ ਹੋਣਗੀਆਂ ਫਿਰ ਹੀ ਇਹ ਇੰਡੀਆ ਵਾਪਸ ਜਾ ਸਕਣਗੇ ਇਹਨਾਂ ਵਾਸਤੇ ਰਸਤਾ ਸੌਖਾ ਹੋ ਜਾਊਗਾ ਤੇ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਪੰਜਾਬੀ ਮੁੰਡਿਆਂ ਦੀ ਆਪਾਂ ਮਦਦ ਕਰ ਸਕੀਏ ਜੇਕਰ ਕੋਈ ਮੇਰਾ ਵੀਰ ਆਹਾ ਵੀਡੀਓ ਨੂੰ ਬੈਲਾਰੂਸ ਜਾਂ ਪੋਲੈਂਡ ਦੇ ਵਿੱਚ ਦੇਖ ਰਿਹਾ ਹੈ ਆ ਤੁਹਾਡੀ ਕੋਈ NGO ਬਣੀ ਹੋਈ ਹੈ ਜੇਕਰ ਤੁਸੀਂ ਕੋਈ ਹੈਲਪ ਕਰ ਸਕਦੇ ਹੋ ਤਾਂ ਮੇਰੇ ਨਾਲ ਸੰਪਰਕ ਕਰੋ ਮੇਰਾ ਨੰਬਰ ਨੋਟ ਕਰ ਲਓ 0033 ਜਿਹੜਾ ਹੈ ਉਹ ਫਰਾਂਸ ਦਾ ਕੋਡ ਆ 612 35 73 40 0033 612357340 ਇਹ ਮੇਰਾ ਨੰਬਰ ਆ ਜੀ ਤੁਸੀਂ ਮੇਰੇ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ WhatsApp ਚੱਲਦਾ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਡੇ ਕੋਲ ਡਿਟੇਲ ਹੈਗੀ ਆ ਜਲਦੀ ਤੋਂ ਜਲਦੀ ਮੇਰੇ ਤੱਕ ਪਹੁੰਚਾਓ ਤਾਂ ਜੋ ਇਹਨਾਂ ਮੁੰਡਿਆਂ ਨੂੰ ਇਸ ਜੰਗਲ ਦੇ ਵਿੱਚੋਂ ਕੱਢਿਆ ਜਾ ਸਕੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਮੇਰਾ ਵੀਰ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਮੇਰੀ ਵੀਡੀਓ ਤੋਂ ਬਾਅਦ ਇੱਕ ਛੋਟੀ ਜੀ ਹੋਰ ਵੀਡੀਓ ਆ ਉਹ ਤੁਸੀਂ ਜਰੂਰ ਦੇਖਿਓ ਇਹਨਾਂ ਲੜਕਿਆਂ ਦੀ ਜਿਹੜੀ ਜੰਗਲ ਚੋਂ ਬਣ ਕੇ ਆਈ ਆ ਪਲੀਜ਼ ਨੂੰ ਛਡਾ ਲਓ ਯਾਰ ਇੱਥੇ ਫਸੇ ਪਏ ਸਾਰੇ ਤੁਹਾਨੂੰ ਦਾ 11 ਦਿਨ ਹੋ ਗਏ ਇੱਥੇ ਭੁੱਖੇ ਵਾਣੇ ਬੈਠਿਆਂ ਨੂੰ ਇਹ ਕਿੰਦਾ ਬੰਦਾ ਪਾਣੀ ਪੀ ਕੇ ਕੱਢਣ ਦੇ ਆ ਜੀ ਤੁਹਾਨੂੰ ਛਡਾ ਲਓ ਇੱਥੇ ਬਚਾ ਲਓ ਬਚਾ ਲਓ ਬਾਈ ਇਹ ਬਚਾ ਲਓ ਈਦਾਂ ਨੂੰ ਛਡਾ ਲੋ ਯਾਰ ਇੱਥੇ ਵਸੇ ਪਏ ਸਾਰੇ ਸਾਨੂੰ ਦਾਗ 11 ਦਿਨ ਹੋ ਗਏ ਇੱਥੇ ਭੁੱਖੇ ਬਾਣੇ ਬੈਟਿਆਂ ਨੂੰ ਅਈ ਕਿੰਦਾ ਬੰਦਾ ਪਾਣੀ ਪੀ ਕੇ ਕੱਢਣਿਆ ਜੀ ਸਾਨੂੰ ਛਡਾ ਲੋ ਇੱਥੇ ਪਿਚਾ ਲੋ ਕਹਿੰਦੇ ਆ ਬਾਈ ਇਹ ਵਿਚਾਰ